5000 ਦੀ ਰਿਸ਼ਵਤ ਲੈਂਦਿਆਂ 50 ਪੁਲਿਸ ਦੇ ਹੌਲਦਾਰ ਨੂੰ ਕਾਬੂ ਕੀਤਾ ਗਿਆ। ਵਿਜੀਲੈਂਸ ਬਿਊਰੋ ਦੇ ਵੱਲੋਂ ਇਹ ਵੱਡਾ ਐਕਸ਼ਨ ਕੀਤਾ ਗਿਆ। ਦੱਸ ਦਈਏ ਕਿ ਇੱਕ ਮਾਂ ਤੋਂ ਉਸ ਦੇ ਮੁੰਡੇ ਦਾ ਕੇਸ ਰਫਾ ਦਫਾ ਕਰਵਾਉਣ ਵਾਸਤੇ ਇਸ ਹੌਲਦਾਰ ਦੇ ਵੱਲੋਂ ਰਿਸ਼ਵਤ ਮੰਗੀ ਗਈ ਸੀ। 10000 ਦੇ ਵਿੱਚ ਸੌਦਾ ਤੈਅ ਹੋਇਆ ਸੀ। ਦੱਸ ਦਈਏ ਕਿ ਇਸ ਮਹਿਲਾ ਦਾ ਮੁੰਡਾ ਇੱਕ ਕੁੜੀ ਨੂੰ ਲੈ ਕੇ ਭੱਜ ਗਿਆ ਸੀ, ਜਿਸ ਤੋਂ ਬਾਅਦ ਨਵਾਂ ਸ਼ਹਿਰ ਦੀ ਬੰਗਾ ਪੁਲਿਸ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ, ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ। ਉਸ ਦੇ ਕੇਸ ਨੂੰ ਰਫਾ ਦਫਾ ਕਰਵਾਉਣ ਵਾਸਤੇ ਇਸ ਹੌਲਦਾਰ ਅਵਤਾਰ ਸਿੰਘ ਦੇ ਵੱਲੋਂ ਰਿਸ਼ਵਤ ਮੰਗੀ ਗਈ ਸੀ, ਜਿਸ ਤੋਂ ਬਾਅਦ ਪੀੜਤਾ ਦੇ ਵੱਲੋਂ ਵਿਜੀਲੈਂਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਤਾਂ ਹੁਣ ਵਿਜੀਲੈਂਸ ਦੇ ਵੱਲੋਂ ਇੱਕ ਹੌਲਦਾਰ ਨੂੰ 5000 ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਗਿਆ। ਉੱਥੇ ਹੇਮਾ ਰੋਡ ਸੀਤਲਾ ਮੰਦਿਰ ਸਰ। ਬੰਗਾ ਵਿੱਚ? ਹਾਂਜੀ ਸਰ। ਕੀ ਹੋਇਆ? ਇਹੀ ਹੋਇਆ ਸੀ, ਜਿਸੇ ਲੜਕੀ ਕੋ ਲੈ ਕੇ ਭੱਜ ਗਿਆ ਸੀ। ਕੌਣ? ਤਾਂ ਮੁੰਡਾ ਨੇ ਮੇਰੇ। ਅੱਛਾ, ਕਿਆ ਨਾਮ ਹੈਗਾ? ਮਨੀਸ਼ ਪਾਸਵਾਨ ਹੈ ਸਰ। ਅੱਛਾ, ਫਿਰ ਇਹਨੇ ਪੈਸਾ ਮੰਗ ਰਿਹਾ ਥਾ, ਫਿਰ 5500 ਰੁਪਇਆ ਦਿਆ ਥਾ ਸਰ। ਪਹਿਲੇ? ਹਾਂਜੀ। ਫਿਰ ਉਹ ਕਹਿੰਦਾ ਸੀ 10000 ਦੇ ਦਿਓ, ਮੈਂ ਤੇਰੇ ਕੰਮ ਇੱਥੇ ਸਲਟਾ ਦੇਵਾਂਗੇ। ਫਿਰ ਉਹ ਬੋਲਾ ਖਤਮ ਕਰ ਦੇਂਗੇ। ਹਾਂਜੀ। ਫਿਰ ਬਾਬੂ ਜੀ 1000 ਮਤਲਬ, ਫਿਰ ਅੱਜ 5000 ਦਿਆ, ਫਿਰ ਕਹਿੰਦਾ ਸੀ ਕੱਲ੍ਹ ਤੱਕ ਫਿਰ 5000 ਪੂਰਾ ਕਰ ਦਿਓ, ਫਿਰ ਤੈਨੂੰ ਮੁੰਡਾ ਕੇ 2-4 ਦਿਨ ਲਾ ਦੇਵਾਂਗੇ ਸਰ। ਮੁੰਡਾ ਕਹਾਂ ਵੀ ਆਪਣਾ? ਲੁਧਿਆਣਾ ਜੇਲ੍ਹ 'ਚ ਹੈ ਸਰ। ਲੁਧਿਆਣਾ ਜੇਲ੍ਹ 'ਚ? ਹਾਂਜੀ ਸਰ। ਅੱਛਾ, ਇਹ ਪੁਲਿਸ ਵਾਲਾ ਦਾ ਨਾਮ ਕੀ ਹੈ? ਅਵਤਾਰ ਸਰ। ਸਰਕਾਰ ਸੇ ਕਿਆ ਮੰਗ ਕਰਤੇ ਹੋ? ਸਰਕਾਰ ਸੇ ਹੀ ਮੰਗ ਕਰਤਾ ਹੂੰ ਕਿ ਸਰ ਹਮਾਰੇ ਜੈਸੇ ਮੁੰਡਾ ਛੁੱਟ ਜਾਏ, ਇਨਸਾਫ ਦੇ ਦੇ। ਇਨਸਾਫ? ਬਸ ਬਾਬੂ ਜੀ, ਯਹੀ ਹੈ ਬਾਬੂ ਜੀ, ਔਰ ਯਹੀ ਕਹਿ ਸਕਤਾ ਹੂੰ ਬਾਬੂ ਜੀ। 5000 ਦੀ ਰਿਸ਼ਵਤ ਲੈਂਦਿਆਂ 50 ਪੁਲਿਸ ਦੇ ਹੌਲਦਾਰ ਨੂੰ ਕਾਬੂ ਕੀਤਾ ਗਿਆ। ਵਿਜੀਲੈਂਸ ਬਿਊਰੋ ਦੇ ਵੱਲੋਂ ਇਹ ਵੱਡਾ ਐਕਸ਼ਨ ਕੀਤਾ ਗਿਆ। ਦੱਸ ਦਈਏ ਕਿ ਇੱਕ ਮਾਂ ਤੋਂ ਉਸ ਦੇ ਮੁੰਡੇ ਦਾ ਕੇਸ ਰਫਾ ਦਫਾ ਕਰਵਾਉਣ ਵਾਸਤੇ ਇਸ ਹੌਲਦਾਰ ਦੇ ਵੱਲੋਂ ਰਿਸ਼ਵਤ ਮੰਗੀ ਗਈ ਸੀ। 10000 ਦੇ ਵਿੱਚ ਸੌਦਾ ਤੈਅ ਹੋਇਆ ਸੀ। ਦੱਸ ਦਈਏ ਕਿ ਇਸ ਮਹਿਲਾ ਦਾ ਮੁੰਡਾ ਇੱਕ ਕੁੜੀ ਨੂੰ ਲੈ ਕੇ ਭੱਜ ਗਿਆ ਸੀ, ਜਿਸ ਤੋਂ ਬਾਅਦ ਨਵਾਂ ਸ਼ਹਿਰ ਦੀ ਬੰਗਾ ਪੁਲਿਸ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ, ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ। ਉਸ ਦੇ ਕੇਸ ਨੂੰ ਰਫਾ ਦਫਾ ਕਰਵਾਉਣ ਵਾਸਤੇ ਇਸ ਹੌਲਦਾਰ ਅਵਤਾਰ ਸਿੰਘ ਦੇ ਵੱਲੋਂ ਰਿਸ਼ਵਤ ਮੰਗੀ ਗਈ ਸੀ, ਜਿਸ ਤੋਂ ਬਾਅਦ ਪੀੜਤਾ ਦੇ ਵੱਲੋਂ ਵਿਜੀਲੈਂਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਤਾਂ ਹੁਣ ਵਿਜੀਲੈਂਸ ਦੇ ਵੱਲੋਂ ਇੱਕ ਹੌਲਦਾਰ ਨੂੰ 5000 ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਗਿਆ। ਰੇਖਾ ਦੇਵੀ ਸਰ। ਕਹਾਂ ਰਹਿਣੇ ਵਾਲੇ ਹੋ? ਦਰਭੰਗਾ ਜ਼ਿਲ੍ਹਾ। ਯਹਾਂ ਪੇ ਕਹਾਂ ਰਹਤੇ ਹੋ? ਉੱਥੇ ਹੇਮਾ ਰੋਡ ਸੀਤਲਾ ਮੰਦਿਰ ਸਰ। ਬੰਗਾ ਵਿੱਚ? ਹਾਂਜੀ ਸਰ। ਕਿਆ ਹੋਇਆ? ਇਹੀ ਹੋਇਆ ਸੀ, ਜਿਸੇ ਲੜਕੀ ਕੋ ਲੈ ਕੇ ਭੱਜ ਗਿਆ ਸੀ। ਕੌਣ? ਤਾਂ ਮੁੰਡਾ ਨੇ ਮੇਰੇ। ਅੱਛਾ, ਕਿਆ ਨਾਮ ਹੈਗਾ? ਮਨੀਸ਼ ਪਾਸਵਾਨ ਹੈ ਸਰ। ਅੱਛਾ, ਫਿਰ ਇਹਨੇ ਪੈਸਾ ਮੰਗ ਰਿਹਾ ਥਾ, ਫਿਰ 5500 ਰੁਪਇਆ ਦਿਆ ਥਾ ਸਰ। ਪਹਿਲੇ? ਹਾਂਜੀ। ਫਿਰ ਉਹ ਕਹਿੰਦਾ ਸੀ 10000 ਦੇ ਦਿਓ, ਮੈਂ ਤੇਰੇ ਕੰਮ ਇੱਥੇ ਸਲਟਾ ਦੇਵਾਂਗੇ। ਫਿਰ ਉਹ ਬੋਲਾ ਖਤਮ ਕਰ ਦੇਂਗੇ। ਹਾਂਜੀ। ਫਿਰ ਬਾਬੂ ਜੀ 1000 ਮਤਲਬ, ਫਿਰ ਅੱਜ 5000 ਦਿਆ, ਫਿਰ ਕਹਿੰਦਾ ਸੀ ਕੱਲ੍ਹ ਤੱਕ ਫਿਰ 5000 ਪੂਰਾ ਕਰ ਦਿਓ, ਫਿਰ ਤੈਨੂੰ ਮੁੰਡਾ ਕੇ 2-4 ਦਿਨ ਲਾ ਦੇਵਾਂਗੇ ਸਰ। ਮੁੰਡਾ ਕਹਾਂ ਵੀ ਆਪਣਾ? ਲੁਧਿਆਣਾ ਜੇਲ੍ਹ 'ਚ ਹੈ ਸਰ। ਲੁਧਿਆਣਾ ਜੇਲ੍ਹ 'ਚ? ਹਾਂਜੀ ਸਰ। ਅੱਛਾ, ਇਹ ਪੁਲਿਸ ਵਾਲਾ ਦਾ ਨਾਮ ਕੀ ਹੈ? ਅਵਤਾਰ ਸਰ। ਇਹ ਕਾਂਪ ਲਗਾਓ? ਕਾਂਪ ਲਗਾਓ? ਇਹ ਆਪਣਾ ਬੰਗਾ ਸਿਟੀ ਥਾਣਾ। ਬੰਗਾ ਥਾਣਾ ਨਾ? ਹਾਂਜੀ ਸਰ। 5000 ਰੁਪਏ ਦਿਆ? ਹਾਂਜੀ, 5000। ਕੌਣ ਕੌਣ ਸਾ ਨੋਟ ਥਾ? ਕੌਣ ਕੌਣ ਸਾ? 500 ਕੇ ਨੋਟ ਸੀ ਬਾਬੂ ਜੀ। ਕਿਤਨੇ? 10 ਜੀ। 10 ਨੋਟ ਥਾ? ਹਾਂਜੀ ਸਰ। ਤਾਂ ਅਪਕਾਰ ਅਪ ਪਰਚਾ ਹੋ ਗਿਆ? ਹਾਂਜੀ ਹਾਂਜੀ। ਸਰਕਾਰ ਸੇ ਕਿਆ ਮੰਗ ਕਰਤੇ ਹੋ? ਸਰਕਾਰ ਸੇ ਹੀ ਮੰਗ ਕਰਤਾ ਹੂੰ ਕਿ ਸਰ ਹਮਾਰੇ ਜੈਸੇ ਮੁੰਡਾ ਛੁੱਟ ਜਾਏ, ਇਨਸਾਫ ਦੇ ਦੇ। ਇਨਸਾਫ? ਬਸ ਬਾਬੂ ਜੀ।
यही है बाबू जी, और यही कह सकता हूँ बाबू जी।